ਤਾਰੀਖ ਤੇ ਤਾਰੀਖ ਸੁਣਨ ਵਾਲੇ ਲੋਕ ਅਕਸਰ ਹੀ FIR ਹੀ ਰਜਿਸਟਰ ਨਹੀਂ ਕਰਵਾਉਂਦੇ। ਕੁਝ ਲੋਕ ਜਿਹੜੇ ਨੇ ਆਪਣੀ ਉਮਰਾਂ ਕੱਟ ਦਿੰਦੇ ਨੇ, ਇਨਸਾਫ ਨਹੀਂ ਮਿਲਦਾ। ਜਿਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਗ੍ਰਹਿ ਮੰਤਰਾਲੇ ਦੇ ਵਿੱਚ ਜੇਕਰ ਦੇਖਿਆ ਜਾਵੇ ਚਰਚਾ ਵੀ ਹੋਈ ਹੈ ਤੇ ਅਮਿਤ ਸ਼ਾਹ ਗ੍ਰਹਿ ਮੰਤਰੀ ਦੇ ਵੱਲੋਂ ਲੋਕ ਸਭਾ ਦੇ ਵਿੱਚ ਕੁਝ ਬਿੱਲ ਜਿਹੜੇ ਨੇ ਪਾਸ ਕੀਤੇ ਗਏ, ਜਿਨ੍ਹਾਂ ਦੇ ਵਿੱਚੋਂ ਇੱਕ ਬਿੱਲ ਦੇ ਵਿੱਚ ਇਹ ਡਿਸਕਸ਼ਨ ਹੋਈ ਹੈ ਕਿ ਹੁਣ FIR ਜਿਹੜੀ ਹੈ 3 ਦਿਨਾਂ ਦੇ ਵਿੱਚ ਰਜਿਸਟਰ ਹੋਵੇਗੀ ਤੇ ਉਸ 'ਤੇ ਕਾਰਵਾਈ ਵੀ ਹੋਵੇਗੀ। ਜਾਣਕਾਰੀ ਦੇ ਮੁਤਾਬਿਕ ਦੱਸ ਦਈਏ ਕਿ ਲੋਕ ਸਭਾ ਦੇ ਵਿੱਚ ਜਦੋਂ ਬਿੱਲ ਦੇ ਉੱਤੇ ਚਰਚਾ ਹੋ ਰਹੀ ਸੀ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ 3 ਦਿਨ ਦੇ ਵਿੱਚ FIR ਜਿਹੜੀ ਹੈ ਰਜਿਸਟਰ ਹੋਵੇਗੀ, ਉਸ 'ਤੇ ਕਾਰਵਾਈ ਵੀ ਹੋਵੇਗੀ ਤੇ ਲੋਕਾਂ ਨੂੰ ਇਨਸਾਫ ਜਲਦ ਤੋਂ ਜਲਦ ਜਿਹੜਾ ਦਿੱਤਾ ਜਾਵੇਗਾ। ਅਕਸਰ ਕੋਰਟ ਕਚਹਿਰੀਆਂ ਦੇ ਚੱਕਰ ਲਗਾਉਣੇ ਜਾਂ ਫਿਰ ਥਾਣਿਆਂ ਦੇ ਚੱਕਰ ਲੋਕਾਂ ਨੂੰ ਹਮੇਸ਼ਾ ਖੇਚਲ ਦੇ ਵਿੱਚ ਪਾਉਂਦੇ ਸੀ, ਜਿਸ ਤੋਂ ਬਾਅਦ ਕਿ ਹੁਣ ਵੱਡੀ ਸੁਵਿਧਾ ਲੋਕਾਂ ਨੂੰ ਮਿਲਣ ਵਾਲੀ ਹੈ। 3 ਦਿਨ ਦੇ ਵਿੱਚ FIR ਰਜਿਸਟਰ ਅਤੇ ਨਾਲ ਕਾਰਵਾਈ ਵੀ ਉਸ ਉੱਤੇ ਹੋਵੇਗੀ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਕਿ ਸਾਲ ਬਾ ਸਾਲ ਜਿਹੜੇ ਨੇ ਉਹਨਾਂ ਨੂੰ ਜਸਟਿਸ ਨਹੀਂ ਮਿਲਦਾ, ਇਨਸਾਫ ਨਹੀਂ ਮਿਲਦਾ, ਇਨਸਾਫ ਦੀ ਜਿਹੜੀ ਹੈ ਉਮਰ ਵੱਡੀ ਕਰ ਦਿੰਦੇ ਨੇ। ਪਰ ਹੁਣ ਤੁਸੀਂ ਦੇਖੋਗੇ ਕਿ FIR ਰਜਿਸਟਰ ਹੁੰਦੇ ਹੀ ਕਾਰਵਾਈ 3 ਦਿਨ ਦੇ ਵਿੱਚ ਹੋਵੇਗੀ ਅਤੇ ਤਾਰੀਖ ਤੇ ਤਾਰੀਖ ਤੁਹਾਨੂੰ ਜ਼ਰੂਰ ਜਿਹੜੀ ਹੈ ਨਹੀਂ ਸੁਣਨੀ ਪਵੇਗੀ ਅਦਾਲਤਾਂ ਦੇ ਵਿੱਚ, ਕੋਰਟ ਕਚਹਿਰੀਆਂ ਦੇ ਵਿੱਚ ਅਤੇ ਥਾਣਿਆਂ ਦੇ ਵਿੱਚ।